ਬਠਿੰਡਾ ਦੀ ਹੋਣਹਾਰ ਬੇਟੀ ਸ਼੍ਰੇਆ ਸਿੰਗਲਾ ਨੇ ਵਿਸ਼ਵ ਕੱਪ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਬਠਿੰਡਾ ਦਾ ਨਾਂ ਵਿਸ਼ਵ ਪੱਧਰ ਤੇ ਰੋਸ਼ਨ ਕੀਤਾ ਹੈ। ਬਠਿੰਡਾ ਪਹੁੰਚਣ ਤੇ ਸ਼੍ਰੇਆ ਸਿੰਗਲਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼੍ਰੇਆ ਸਿੰਗਲਾ ਨੂੰ ਇੱਕ ਓਪਨ ਗੱਡੀ ਵਿੱਚ ਚੜਾ ਕੇ ਸਾਰੇ ਸ਼ਹਿਰ ਵਿੱਚ ਢੋਲ ਢਮੱਕੇ ਨਾਲ ਸ਼ਹਿਰ ਵਿੱਚ ਗੇੜਾ ਵੀ ਲਗਵਾਇਆ ਗਿਆ। ਦੱਸ ਦੇ ਕਿ ਸ਼੍ਰੇਆ ਸਿੰਗਲਾ ਬਠਿੰਡਾ ਦੇ ਇੱਕ ਸੰਸਥਾ ਵੱਲੋਂ ਚਲਾਏ ਜਾ ਰਹੇ ਨਾਮੀ ਸਕੂਲ ਵਿੱਚ ਪੜ੍ਹਦੀ ਹੈ। ਸ਼੍ਰੇਆ ਸਿੰਗਲਾ ਨੂੰ ਨਾ ਤਾਂ ਬੁਰਾ ਸੁਣਦਾ ਹੈ ਤੇ ਨਾ ਹੀ ਚੰਗੀ ਤਰ੍ਹਾਂ ਬੋਲ ਸਕਦੀ ਹੈ, ਫਿਰ ਵੀ ਇਸ ਬਠਿੰਡੇ ਦੀ ਹੋਣਹਾਰ ਧੀ ਨੇ ਬਹੁਤ ਵਾਰ ਖੇਡਾਂ ਵਿੱਚੋਂ ਮੱਲਾਂ ਮਾਰੀਆਂ ਹਨ। ਬਠਿੰਡਾ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। अजीत पंजाबी दी ऑथेंटिक खबरां दे लई सब्सक्राइब करो अजीत वैब टीवी अते ताजी खबरां दी नोटिफिकेशन पाउण दे लई बैल आइकन ते क्लिक करो। मेरा नाम श्रेया चिल्ल है, मैं बैडमिंटन खेल रही हूं। मेरा टूर्नामेंट थी वर्ल्ड बैडमिंटन चैंपियनशिप ब्राजील, कोच में गोल्ड, एक सिल्वर, दो ब्रॉन्ज मेडल जीते। कितनी खुशी हो रही है? बहुत खुशी हुई है। ਪੱਚੀ ਜੁਲਾਈ ਬ੍ਰਾਜ਼ੀਲ ਵਿਖੇ ਹੋਈਆਂ ਵਰਲਡ ਚੈਂਪੀਅਨਸ਼ਿਪ ਵਿੱਚ 6th ਵਰਲਡ ਡੈਫ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਤੇ 3rd ਯੂਥ ਵਰਲਡ ਡੈਫ ਬੈਡਮਿੰਟਨ ਚੈਂਪੀਅਨਸ਼ਿਪ 3 ਮੈਡਲ, ਇੱਕ ਸਿਲਵਰ ਸਿੰਗਲ ਵਿੱਚ ਬ੍ਰੌਂਜ ਤੇ ਗਰਲਸ ਡਬਲ ਵਿੱਚ ਬ੍ਰੌਂਜ ਤੇ ਮਿਕਸ ਡਬਲ ਵਿੱਚ ਸਿਲਵਰ ਮੈਡਲ ਲੈ ਕੇ ਆਈ ਹੈ। ਕਿਹੜੀ ਗੇਮ ਸੀ? ਬੈਡਮਿੰਟਨ ਵਿੱਚ ਜੀ। ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਜੀ। ਇਸ ਤੋਂ ਪਹਿਲਾਂ ਵੀ ਕਿਸ ਤਰ੍ਹਾਂ ਨੇ ਇਹਦੀਆਂ ਮੱਲਾਂ ਮਾਰੀਆਂ ਨੇ? ਇਹ ਤੋਂ ਪਿਛਲੇ ਵਾਰ ਇਹ ਬਹੁਤ ਮੱਲਾਂ ਮਾਰੀਆਂ। ਪਿਛਲੇ ਸਾਲ 2022 ਵਿੱਚ ਹੋਈਆਂ ਓਲੰਪਿਕ ਗੇਮਾਂ ਵਿੱਚ ਇਹਨੂੰ ਟੀਮ ਇਵੈਂਟ ਵਿੱਚ ਗੋਲਡ ਆਇਆ ਸੀ। 2019 ਵਿੱਚ ਜੂਨੀਅਰ ਗੇਮ ਵਿੱਚ ਇਹਨੂੰ ਤਾਈਵਾਨ ਵਿਖੇ ਸਿਲਵਰ ਮੈਡਲ ਮਿਲਿਆ ਸੀਗਾ। ਜੁਲਾਈ 2022 ਵਿਖੇ ਏਸ਼ੀਆ ਪੈਸਿਫਿਕ ਗੇਮਸ ਥਾਈਲੈਂਡ ਵਿਖੇ ਹੋਈਆਂ ਸੀ, ਜਿਹਦੇ ਵਿੱਚ ਇਹਨੇ ਬਹੁਤ ਮੈਡਲ ਪ੍ਰਾਪਤ ਕੀਤੇ ਸੀਗੇ। ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਐਜੂਕੇਸ਼ਨ ਵਿੱਚ ਵੀ ਪਰਮਾਤਮਾ ਦਾ ਆਸ਼ੀਰਵਾਦ ਹੈਗਾ। ਇਹਨੇ ਪਿਛਲੇ ਦਿਨੀ ਪਲੱਸ 2 ਦਾ ਜਿਹੜਾ ਇਹਦਾ ਐਗਜ਼ਾਮ ਆਇਆ ਸੀਗਾ, ਉਹਦੇ ਵਿੱਚ ਸਟੇਟ 'ਚ ਸੈਕਿੰਡ ਟੋਪਰ 'ਚ ਲਈ ਹੈਗੀ ਹੈ ਬੇਟੀ। ਦਾਖਲ ਕੀਤੀ ਸੀ ਕਿਉਂਕਿ ਮੇਰੇ ਗੁਆਂਢੀ ਸੀ, ਇੱਕ ਗਰੀਬ ਪਰਿਵਾਰ ਦਾ ਸੰਬੰਧ ਹੈ। ਇੱਥੇ ਪਲੱਸ 2 ਤੱਕ ਇਹਨੇ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਇਹ ਹਰ ਪੱਧਰ ਦੇ ਵਿੱਚ ਪਿੱਛੇ ਜੇ ਰਿਜ਼ਲਟ ਆਇਆ ਪਲੱਸ 2 ਦਾ ਕਿਤੇ ਪੰਜਾਬ ਦੇ ਵਿੱਚ ਹਾਂਜੀ 96.7 ਲੈ ਕੇ ਨੰਬਰ 2 ਤੇ ਆਈ ਹੈ ਤੇ 1 ਨੰਬਰ ਜਿਹੜੀ ਹੈ ਪਹਿਲੀ ਨਾਲੋਂ ਇਹਦਾ ਘੱਟ ਸੀ। ਵਰਲਡ ਕੱਪ ਲੈ ਕੇ ਕੁੜੀ ਆਈ ਹੈ ਜਿਹਦੇ ਨਾਲ ਸਾਰੀ ਦੁਨੀਆਂ ਦੇ ਵਿੱਚ ਲਿਖੋ, ਹਿੰਦੁਸਤਾਨ ਚ ਲਾ ਲਓ, ਦੁਨੀਆਂ ਦੇ ਵਿੱਚ ਲਾ ਲਓ, ਬਠਿੰਡੇ ਦਾ ਨਾਂ, ਬਠਿੰਡੇ ਦੇ ਲੋਕਾਂ ਦਾ ਨਾਂ, ਉਹਨਾਂ ਦੇ ਪਾਪਿਆਂ ਦਾ ਨਾਂ ਤੇ ਜਿਹੜੇ ਸਕੂਲ ਚ ਇਹਨੇ ਪਹਿਲੀ ਤੋਂ ਸ਼ੁਰੂ ਹੋ ਕੇ ਪਲੱਸ ਕੀਤੀ, ਇਹ ਸਕੂਲ ਦੇ ਨਾਂ ਨੂੰ ਰੋਸ਼ਨ ਕੀਤਾ। ਮੈਂ ਇਹਨਾਂ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ, ਤੁਹਾਨੂੰ ਵੀ ਵਧਾਈ ਦਿੰਦਾ।
ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਇਹ ਸਕੂਲ ਦਾ ਇਧਰ ਲੋਕਾਂ ਦਾ ਰੋਸ਼ਨ ਹੋਇਆ। ਸਿੰਗਲਾ ਐਮਐਸਲੀ ਸਕੂਲ ਦੀ ਵਿਦਿਆਰਥਣ ਹੈ। ਇਹ ਵਰਲਡ ਕੱਪ ਬ੍ਰਾਜ਼ੀਲ ਚੋਂ ਬੈਡਮਿੰਟਨ ਦੇ ਸਪੋਰਟ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਈ ਹੈ ਔਰ ਉੱਥੇ ਹੋਰ ਵੀ ਜਿਹੜੇ ਵਰਲਡ ਲੈਵਲ ਦੇ ਟੂਰਨਾਮੈਂਟ ਹੋਏ ਉਹਨਾਂ ਵਿੱਚ ਇਹਨੇ 3 ਮੈਡਲ ਹੋਰ 2 ਸਿਲਵਰ ਤੇ 1 ਬ੍ਰੌਂਜ਼ ਜਿੱਤੇ ਹੈ। ਇਹ ਬੱਚੀ ਬਹੁਤ ਹੀ ਹੋਣਹਾਰ ਹੈ। ਇਸ ਤੋਂ ਪਹਿਲਾਂ ਓਲੰਪਿਕ ਖੇਲਣ ਗਈ ਤੇ ਕੋਈ ਵੀ ਸੂਬੇ ਦੀਆਂ ਜਾਂ ਵਿਦੇਸ਼ ਦੇ ਇਸ ਗੇਮਾਂ ਹੋਈਆਂ ਹਮੇਸ਼ਾ ਗੋਲਡ ਮੈਡਲ ਜਿੱਤ ਕੇ ਲਿਆਈ ਹੈ। ਇਹਨੂੰ ਲੱਖ ਲੱਖ ਵਧਾਈ। ਗੱਲ ਕਰਕੇ ਜੇ ਆਪਾਂ ਇਹਨੇ ਆਪਣਾ ਕਹਿੰਦਾ ਬਠਿੰਡੇ ਦਾ ਨਾਮ ਰੋਸ਼ਨ ਕੀਤਾ, ਇੰਡੀਆ ਦਾ ਨਾਮ ਰੋਸ਼ਨ ਕੀਤਾ, ਪੰਜਾਬ ਦਾ ਨਾਮ ਰੋਸ਼ਨ ਕੀਤਾ, ਕਿਵੇਂ ਚਾਹੁੰਦੇ? ਜਿੱਥੋਂ ਤੱਕ ਨਾਮ ਰੋਸ਼ਨ ਕਰਨ ਦੀ ਗੱਲ ਹੈ, ਬਠਿੰਡੇ ਦਾ ਨਾਮ ਦੇ ਨਾਲ ਨਾਲ ਜਿਹੜਾ ਕੰਮ ਸ਼੍ਰੇਆ ਨੇ ਕੀਤਾ ਇਹਦੇ ਨਾਲ ਹਿੰਦੁਸਤਾਨ ਦਾ ਨਾਮ ਰੋਸ਼ਨ ਹੋਇਆ। ਸ਼੍ਰੇਆ ਦੀ ਉਪਲਬਧੀ ਨੂੰ ਛੋਟੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਆਪਣੀ ਬੱਚੀ ਆਪਣੇ 'ਚ ਰਹਿੰਦੀ ਹੈ, ਇਸ ਕਰਕੇ ਆਪਾਂ ਨੂੰ ਸ਼ਾਇਦ ਇਹਦੀ ਵੈਲਿਊ ਨਹੀਂ ਪਤਾ। ਪਰ ਸ਼੍ਰੇਆ ਨੂੰ ਤਾਂ ਇੱਕ ਟਾਈਮ ਆਊਗਾ ਕਿ ਦੇਸ਼ ਦੇ ਰਾਸ਼ਟਰਪਤੀ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਸਨਮਾਨ ਕਰਨਗੇ ਕਿਉਂਕਿ ਇਹ ਦੇਸ਼ ਦਾ ਨਾਮ ਰੋਸ਼ਨ ਕਰਕੇ ਆਈ ਹੈ ਔਰ ਵਰਲਡ ਕੱਪ ਜਿੱਤ ਕੇ ਗੋਲਡ ਮੈਡਲ ਲੈ ਕੇ ਆਈ। ਅੱਜ ਇਹ ਬਠਿੰਡੇ ਪਹਿਲੀ ਵਾਰ ਪਹੁੰਚੀ ਹੈ। ਇਹਨਾਂ ਦੇ ਮਾਪੇ ਮੇਰੇ ਜਮਾਤੀ ਵੀ ਹੈ, ਅਸੀਂ ਗਲੀ ਦੇ ਪੁਰਾਣੀ ਦੇ ਗਵਾਂਢੀ ਵੀ ਹੈ, ਬੱਚੀ ਸਾਡੇ ਸਕੂਲ ਦੀ ਸਟੂਡੈਂਟ ਵੀ ਹੈ, ਸਾਡੇ ਸ਼ਹਿਰ ਦੀ ਵਾਸੀ ਵੀ ਹੈ। ਇਸ ਕਰਕੇ ਸਾਡਾ ਨੈਤਿਕ ਫਰਜ਼ ਬਣਦਾ ਸੀ ਕਿ ਜਦੋਂ ਆਵੇ ਪ੍ਰਭੂ ਹਨੂੰਮਾਨ ਜੀ ਦੇ ਚਰਨਾਂ 'ਚ ਪਹਿਲਾਂ ਸ਼ੀਸ਼ ਨਵਾ ਕੇ ਇੱਥੇ ਆਸ਼ੀਰਵਾਦ ਲੈ ਕੇ ਫਿਰ ਅਸੀਂ ਲੋਕਾਂ ਦੇ ਵਿੱਚ ਇਸ ਯਾਤਰਾ ਨੂੰ ਲੈ ਕੇ ਲੋਕਾਂ 'ਚ ਇਸ ਉਪਲਬਧੀ ਨੂੰ ਲੈ ਕੇ।